ਕੀ ਹਾਲ ਆ ਬਈ ਵਧੀਆ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਆ ਬਈ ਘਰੇ ਹਾਂ ਵਧੀਆ ਵੀ ਤੁਸੀਂ ਦੱਸੋ ਠੀਕ ਆ ਵਧੀਆ ਮੀਂਹ ਮੁ ਕਿੰਨਾ ਕਰ ਮੀਂਹ ਬਸ ਸਾਡੇ ਤਾਂ ਨਹੀਂ ਸੀਗਾ ਬੱਚੀ ਆਇਆ ਕਰਮੋ ਚਾਹ ਬਣੀ ਪਈ ਆ ਤਾਂ ਚਾਹ ਪੀ ਲਾ ਕੋਈ ਪੀ ਲੈ ਮੈਂ ਉਧਰੀ ਧਰਤੀ ਸੀ ਆ ਲੈ ਨਾਲੇ ਰੋਟੀ ਪਾਈ ਪੀ ਆ ਦੇਖ ਲਾ देख ले फरीका देख ला मुंडे नु कोलों उठा के लेगी ओ चल कोई ना बुआ गल भी नहीं करन दित्ती जहर दा सुभा आएगा हुन आपा की कर सकदे आ मैं रोटी तू ओनु पाई पीए चाय पाई पीए ते तू सारे नु इकट्ठी इत्थे ही चाय लिया दे और नाले इकट्ठे बैठ के पीने इकट्ठे बैठ के सोने लगदे पींदे ओ दस हां नहीं बाकी मैं आए कहनी आ किते कुआ फक लैन ता नहीं आ फक लैन नु सद्या जिन्ना चिर मैं बैठी आ गई फक आए किवें उन्हूं दे देणगे आहो मेरे बैठी तो ना फिक्र करो ना ना हसी तक आधी फिकर करनी है हाँ वो तेरे नल काट ला दिया है बस चाहिए चली अंदर राड़ा बीड़ा लड़ती लड़ती तो बहुत हूँ हाँ बतेरा गल्ला थी बता हाँ, गल्ला तू लग दे वो ही गल्ला सानू तो कहने है कि बाहर भेजो है हाँ। उन्हों अंदर बैठा रखे थे हाँ। नाले उत्ता होर ता होर देख पुआ जी इन्ना तो मीह पई जांदा उन्हों एसी च बिठा रखे ना बिल नहीं आना है बस देखने को किन्नी भोली जी लगती है ना हाँ इतना मिठी है दूजे को और बाकी बंदे का वरते तो पता लगता वरते तो लगता पता मिलती ਗੱਲ ਕਰੋ ਨਾ ਉਹ ਹੋ ਰਹੀ ਸੀ ਪੱਕ ਰਹੀ ਸੀਗੀ ਫਿਰ ਮੈਂ ਉਹ ਚੱਲਣੀ ਨਹੀਂ ਫਿਰ ਫਾਇਦਾ ਕੀ ਆ ਓਹੋ ਸਾਡੇ ਵੀ ਐਂ ਹੋ ਰਹੀ ਆ ਉਹ ਪਾਲੀ ਮੈਨੂੰ ਦੱਸਦਾ ਸੀ ਕੱਲ ਕਹਿੰਦਾ ਆਪਣੀ ਤਾਂ ਆਪ ਅੱਧੀ ਫੱਕ ਪੀਲੀ ਜੀ ਪੈ ਗਈ ਵੀ ਥੋੜੀ ਖਾਣੀ ਬਚੀ ਹੈਗੀ ਉਹ ਤਾਂ ਚਲ ਕੋਈ ਗੱਲ ਨਹੀਂ ਪੀਲੀ ਦਾ ਤਾਂ ਬਈ ਹੱਲ ਹੋ ਜਾਂਦਾ ਜਿਹੜੀ ਪੱਕ ਜੀ ਉਹਦਾ ਕਿੱਥੇ ਪੈ ਗਈ ਪੀਲੀ ਮੈਂ ਖੇਤ ਜਾ ਕੇ ਆਈ ਆ ਇਹ ਜੀ ਸੋਹਣੀ ਖੜੀ ਆ ਹਰੀ ਹਰੀ ਨਾਲੇ ਬਈ ਮੇਰੀ ਗੱਲ ਸੁਣਾ ਤੇ ਤੁਸੀਂ ਹੁਣ ਉਹੀ ਗੱਲ ਫਿਰ ਤੁਰਤ ਫੋਨ ਕਰਤਾ ਨਾਲੇ ਭਾਈ ਤੁਸੀਂ ਪਹਿਲਾਂ ਫੋਨ ਕਰਨਾ ਸੀ ਫੇਰ ਨਾ ਕੋਈ ਹੱਲ ਹੋ ਜਾਂਦਾ ਹੁਣ ਤੁਹਾਨੂੰ ਪਤਾ ਉਹ ਮੇਰਾ ਭਰਾ ਆਇਆ ਬੈਠਾ ਵਿਚਾਰਾ ਉਹਦੇ ਵੀ 4 ਕਿੱਲੇ ਵਿਚਾਲੇ ਪਏ ਨੇ ਨਾਲੇ ਭਾਈ ਚੱਲ ਕੋਈ ਨਾ ਭਾਈ ਉਹ ਲੈ ਜੂ ਕੁਛ ਅਸੀਂ ਲੈ ਜਾਾਂਗੇ ਮੇਰੀ ਗੱਲ ਸੁਣ ਭਾਈ ਜੈਬੀ ਮੈਂ ਤੈਨੂੰ ਆਏ ਕਹਿੰਦੀ ਆਂਗੀ ਵੀ ਉਹ ਤਾਂ ਨਾ ਵਿਚਾਰਾ ਇੱਥੇ 10 ਦਿਨ ਅੰਤਾਂ ਦੀ ਗਰਮੀ ਚ ਮਰ ਕੇ ਗਿਆ ਫੱਕ ਤੇ ਹੋਰ ਕੀ ਕਰੇ ਨਾਲੇ ਤਾਂ ਸਾਰੇ ਕੱਖ ਕਢਾਏ ਨਾਲੇ ਪਾਣੀ ਧਾਣੀ ਤੇ ਨਾਲੇ ਹੋਰ ਸਬਜ਼ੀਆਂ ਸੁਬਜ਼ੀਆਂ ਸਾਰੇ ਕੰਮ ਕਰਾ ਕੇ ਗਿਆ ਸੀ जवाब देता ਕਹਿੰਦੀ ਭਈ ਉਹ ਤਾਂ ਕਿਸੇ ਦੀਆਂ ਬੀੜੀਆਂ ਤੇ ਜਾਂਦਾਗਾ ਉਹ ਹੀ ਕਰਦਾ ਨਹੀਂ ਤੁਸੀਂ ਮੇਰੇ ਕੋਲੇ ਫੋਨ ਕਰ ਲਿਆ ਕਰੋ ਮੈਂ ਪਹਿਲਾਂ ਤਾਂ ਹੈਗਾ ਸੀ ਤੂੰ ਵੀ ਉਹੀ ਕਹਿਦਾ ਨਹੀਂ ਹੁੰਨੀ ਐ ਚੱਲ ਕੋਈ ਨਾ ਕਿਵੇਂ ਤੂੰ ਫੋਨ ਨਹੀਂ ਕਰਿਆ ਇਹਨਾਂ ਨੂੰ ਪਹਿਲਾਂ ਕਿਵੇਂ ਵੀ ਆਏ ਭਈ ਸਾਡੇ ਕੰਮ ਧੰਦਾਗਾ ਹਮਾਰੇ ਹੁਣ ਬੇਬੇ ਫੋਨ ਕਰਕੇ ਕੱਟ ਦਿੰਦੀ ਐ ਭਈ ਮੈਨੂੰ ਤਾਂ ਕੀ ਪਤਾ ਐ ਭਈ ਹੁਣ ਬੇਬੇ ਨੂੰ ਤਾਂ ਕੀ ਕੰਮ ਧੰਦੇ ਤਾਂ ਹੁੰਦੇ ਹੀ ਰਹਿੰਦੇ ਨੇ ਫਿਰ ਹੁਣ ਆਏ ਆ ਬੰਦਿਆਂ ਨੂੰ ਪਤਾ ਹੁੰਦਾ ਆ ਬੰਦਿਆਂ ਨੂੰ ਪਤਾ ਹੁੰਦਾ ਕੰਮ ਦਾ ਤੇ ਤੂੰ ਹੁਣ ਚਾਹ ਤਾਂ ਪੀ ਲੈਣ ਤੇ ਲੱਗ ਹੀ ਜਾਣੀਆਂ ਬਾਣੀਆਂ ਚੜਨ ਓਹ ਮੈਂ ਤਾਂ ਉਹੀ ਗੱਲ ਕਰੀ ਆ ਹੁਣ ਮੇਰੇ ਭਰਾ ਨਾਲ ਗੱਲ ਨਹੀਂ ਕਰੀ ਪਾਲੀ ਦੇ ਵਿਆਹ ਤੋਂ ਪਹਿਲਾਂ ਨਾ ਅਸੀਂ ਇੱਥੇ ਹੀ ਰਹੇ ਆ ਬਥੇਰਾ ਕੰਮ ਕਰਾਇਆਗਾ ਓਹ ਉਹ ਨੂੰ ਪੁੱਛ ਉਹ ਨਹੀਂ ਪਤਾ ਇਹਨੂੰ ਚੱਲ ਭਾਈ ਕੰਮ ਤਾਂ ਕਰਾਇਆ ਅਸੀਂ ਕਿਹੜਾ ਐ ਕਹਿੰਦੀ ਆ ਮੈਂ ਕਿਹੜਾ ਕੰਮ ਕਰਾਉਣ ਨੂੰ ਕਹਿੰਦੀ ਆ ਮੈਂ ਤਾਂ ਐ ਕਹਿੰਦੀ ਆ ਭਾਈ ਜੇ ਚੱਲ ਕਹੜੇ ਹੁਣ ਬਾਦੂ ਚੀਜ਼ ਹੋਵੇ ਅਗਲਾ ਦੇ ਦੇ ਹਨਾ ਵੀ ਹੁਣ ਚੱਲ ਵਿਚਾਰਾ ਉਹ ਤੁਹਾਡੇ ਨਾਲ ਪਹਿਲਾਂ ਦਾ ਆਇਆ ਬੈਠਾ ਵੀ ਹੁਣ ਜਾਨ ਕੜੱਕੀ 'ਚ ਫਸ ਰਹੀ ਆ ਸੋਨ ਨੂੰ ਜਵਾਬ ਦੇਈਏ ਜਾਵੇ ਕਿੱਧਰ ਅਗਲਾ
ਚੱਕਰ ਚ ਆ ਇੱਕ ਨੂੰ ਤਾਂ ਭਾਈ ਉਹ ਕਰਨਾ ਹੀ ਪਊਗਾ ਨੀਂਦੀ ਸੌਡਾਣੀਆਂ ਚੜਦੀ ਆ ਦੇਖ ਲਾ ਹਾਂ ਇਹ ਸਫਰਾ ਇਹ ਤਾਂ ਆਈ ਆ ਕੋਈ ਰਿਸ਼ਤੇਦਾਰ ਆ ਜੀ ਮੇਰਾ ਬਸ ਆਈ ਡਾਣੀਆਂ ਚੜੀ ਜਾਊ ਆਈ ਡਾਣੀਆਂ ਚੜੀ ਜਾਊ ਆਪਣੇ ਨਾਲ ਕਲੇਸ਼ ਨਾ ਪੈ ਜੀ ਨਾ ਆਪਾਂ ਕਹਦਾ ਕਲੇਸ਼ ਪਾਣੇ ਆਪਾਂ ਤਾਂ ਭੂਆ ਨੂੰ ਕਿਹਾ ਆਪਾਂ ਕਿਹੜਾ ਦੀਦੀ ਨੂੰ ਫੋਨ ਕਰਕੇ ਕਿਹਾ ਵੀ ਸਾਨੂੰ ਫੱਕ ਦਵੋ ਬਾਕੀ ਰਹੀ ਗੱਲ ਭੂਆ ਦੀ ਇਹ ਜਿਵੇਂ ਮਰਜ਼ੀ ਕਰ ਲੈ ਮੈਨੂੰ ਨਾ ਇਹ ਜੀਆਂ ਗੱਲਾਂ ਜੀ ਵਧੀਆ ਨਹੀਂ ਲੱਗਦੀਆਂ ਕਿਸੇ ਦੇ ਘਰੇ ਕਲੇਸ਼ ਪਾਉਣ ਇਹਨੂੰ ਤਾਂ ਆਦਤ ਹੈ ਬਥੇਰੀ ਫੱਕ ਖੜੀ ਹੈ ਲੈ ਜਿਓ ਕੁਛ ਉਹਨੂੰ ਦੇ ਦਿਓ ਉਹਨਗੇ ਥੋੜੀ ਘਣੀ ਤੁਸੀਂ ਵੱਧ ਲੈ ਜਿਓ ਚਲ ਕੋਈ ਨਾ ਪਾਲੀ ਨੂੰ ਆ ਜਾਂਦੇ ਚਾਹ ਪੀ ਲਓ ਆ ਜਾਣ ਦੇ ਬਸ ਉਹਨੂੰ ਆ ਜਾ ਆ ਲੈ ਫੜ ਮੈਂ ਤੇਰੀ ਚਾਹ ਤਾਂ ਨੂੰ ਰਸੋਈ ਚ ਪਾ ਕੇ ਧਰੀ ਸੀ ਮੈਂ ਕਿਹਾ ਜੇ ਆਪਾਂ ਉੱਥੇ ਬਹਿ ਗਏ ਕੋਈ ਗੱਲ ਨਹੀਂ ਹੋਣੀ ਮੇਰੀ ਗੱਲ ਸੁਣ ਕਰਮੂ ਤੂੰ ਨਾ ਇੱਕ ਗੱਲ ਤੇ ਅੜਿਆ ਰਹੀ ਕਦੇ ਬਾਈ ਸਾਡੇ ਤਾਂ ਫੱਕ ਮਿਲਦੀ ਨਹੀਂ ਕਿਤੇ ਮੈਂ ਤਾਂ ਫੱਕ ਇੱਥੋਂ ਹੀ ਲੈ ਕੇ ਜਾਊਂਗੀ ਮੈਂ ਤਾਂ ਘਰੇ ਵੀ ਪਿਓ ਨੂੰ ਵੀ ਕਿਹਾ ਆ ਵੀ ਸਾਰਿਆਂ ਨੂੰ ਕਿਹਾ ਹੋਇਆ ਨਾਲੇ ਕਹਿੰਦੇ ਮੈਂ ਤਾਂ ਆਂਢ ਗੁਆਂਢ ਨੂੰ ਕਹਤਾ ਕਹਿੰਦੇ ਮੇਰੀ ਤਾਂ ਬੇਇੱਜ਼ਤੀ ਹੋਊਗੀ ਨਾਲੇ ਤਾਂ ਮੈਨੂੰ ਮਿਲਦੀ ਵੀ ਨਹੀਂ ਹਾਂ ਤੇ ਆ ਚਾਹ ਡੋਲ ਲੈਂਗਾ ਕੱਪ ਨਾ ਹਲਾ ਮੇਰੀ ਗੱਲ ਸੁਣ ਮੈਂ ਤਾਂ ਉਹਨਾਂ ਨੂੰ ਸੁਣਾਇਆ ਹੀ ਕੰਨੀ ਗੱਲਾਂ ਤਾਂ ਮੈਂ ਪਾਇਆ ਹੀ ਜੇ ਤਾਂ ਭਾਈ ਉਹ ਸਿਆਣੇ ਹੋਏ ਫੇਰ ਤਾਂ ਉਹ ਸਮਝ ਜਾਣਗੇ ਵੀ ਇਹਦਾ ਭਰਾ ਆ ਬੈਠਾ ਫੱਕ ਇਹਨਾਂ ਕੋਲੇ ਇੰਨੀ ਕਾ ਜੇ ਭਾਈ ਮੋਟੇ ਬਸ਼ਰਮ ਹੋਏ ਫੇਰ ਕੀ ਕਹਿਣਾ ਪਰ ਹੁਣ ਐਤਕੀ ਮੈਂ ਬੁੜੀ ਦੀ ਤਾਂ ਸਾਡੀ ਦੀ ਚੱਲਣ ਨਹੀਂ ਦਿੰਦੀ ਹਾਂ ਉਹ ਤਾਂ ਪੀ ਦੇ ਦੂਆ ਦੇ ਪੇਕਿਆਂ ਨੂੰ ਹਾਂ ਬਸ ਤੂੰ ਮੇਰਾ ਸਾਥ ਦੇਈ ਤੇ ਤੂੰ ਅੜਿਆ ਰਹੀ ਤੇ ਆ ਹੁਣ ਪਾਲੀ ਆਉਣ ਵਾਲਾ ਤੇ ਤੂੰ ਉਹਨੂੰ ਪੈ ਦੀ ਕੋਈ ਨਾ ਆਪੇ ਕਹਿ ਦੂੰਗਾ ਹਾਂ ਬਸ ਤਾਂ ਲੈ ਕੇ ਜਾਵਾਂਗੇ ਹਾਂ ਚੱਲ ਠੀਕ ਆ ਚਾਹ ਪੀ ਲੈ ਆਹੋ ਇਹ ਵੀ ਕੀ ਜਾਣੂਗੀ ਭਿੱਜ ਗਏ ਯਾਰ ਸਾਰੇ ਆਦਾ ਧੰਨਵਾਦ ਉਹਦਾ ਵਿਚਾਰਾ ਇੱਥੇ ਤਾਰ ਗਿਆ ਗੱਡੀ ਤੇ ਇੱਥੇ ਇੱਥੇ ਖੜ ਜਾ ਮੇਰੀ ਗੱਲ ਸੁਣ ਲੈ ਮੈਂ ਤਾਂ ਭੱਜੀ ਭੱਜੀ ਆਈ ਆ ਤੈਨੂੰ ਡਿੱਕੀ ਜਾਂਦੀ ਸੀ ਮੈਂ ਐ ਕਹਿੰਦੀ ਆ ਉਹ ਬੇਬੇ ਦੇ ਭਤੀਜ ਨੂੰ ਤੇ ਭਤੀਜ ਆ ਰਹੇ ਨੇ ਜੈਬੀ ਤੇ ਵੀਰਪਾਲ ਆ ਰਹੇ ਨੇ ਉਹ ਫੇਰ ਕੀ ਹੋ ਗਿਆ ਉਧਰੋਂ ਆ ਰਿਹਾ ਕਰਮੂ ਮੈਂ ਤਾਂ ਐ ਕਹਿੰਦੀ ਆ ਤੇ ਮੇਰੀ ਇੱਜ਼ਤ ਨਾ ਰੱਖੀ ਨਾ ਤਾਂ ਅੱਜ ਫੱਕ ਮੇਰੇ ਭਰਾ ਨੂੰ ਨਾ ਦਿੱਤੀ ਤੇ ਫਿਰ ਤੂੰ ਆਪਦਾ ਦੇਖ ਲਈ ਹੁਣ ਉਹਨਾਂ ਨੂੰ ਕਿਵੇਂ ਮਰਜ਼ੀ ਭਜਾ ਤੇ ਭਜਾ ਕਰੋ ਓਏ ਕਰਮੂ ਹੀ ਆਇਆ ਕੋਈ ਮੁੱਖ ਮੰਤਰੀ ਤਾਂ ਨਹੀਂ ਆਇਆ ਭੱਜੀ ਆਈ ਉੱਥੋਂ ਹਜੇ ਅੰਦਰ ਵੜ ਨਹੀਂ ਦਿੱਤਾ ਪਹਿਲਾਂ ਭੱਜ ਕੇ ਤਾਂ ਮੈਂ ਆਇਆ ਆਹੋ ਮੇਰਾ ਭਰਾ ਕੋਈ ਮੁੱਖ ਮੰਤਰੀ ਤੋਂ ਘੱਟ ਨਹੀਂ ਹੈਗਾ ਉਹ ਅਗਲਾ ਫੱਕ ਦਾ ਸਵਾਲ ਆ ਤੇ ਨਾਲੇ ਬਾਕੀ ਫਿਰ ਮੁੱਛ ਦਾ ਸਵਾਲ ਵੀ ਹੋਇਆ ਪਿਆ ਇੱਥੇ ਓ ਖੜ ਜਾ ਓਏ ਖੜ ਜਾ ਪਹਿਲੇ ਹੀ ਲੜਨ ਲੱਗ ਗਈ ਉਹ ਉਹਨਾਂ ਕੋਲੇ ਬਗਤਾ ਜਾਣ ਦੇ ਮੈਨੂੰ ਖੈਰ ਸੁੱਖ ਤਾਂ ਪੁੱਛ ਲੈਣ ਦੇ ਪਹਿਲਾਂ ਭਾਜੀ ਪਾਣੀ ਮੇਲੇ ਉਹ ਤਾਂ ਤੀਜੇ ਦਿਨ ਹੀ ਆਉਂਦੇ ਨੇ ਮੈਂ ਤਾਂ ਐ ਕਹਿੰਨੀ ਆ ਵੀ ਹੁਣ ਮੈਂ ਤੈਨੂੰ ਇੱਕ ਗੱਲ ਸਮਝਾਉਣੀ ਆ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਮੈਂ ਐ ਕਹਿੰਨੀ ਆ ਵੀ ਤੂੰ ਐ ਕਹਦੀ ਵੀ ਚੱਲ ਭਾਈ ਆਪਾਂ ਕਰਮੂ ਪਹਿਲਾਂ ਦਾ ਆਇਆ ਤੁਹਾਡੇ ਨਾਲੋਂ ਵੀ ਫੱਕ ਆਪਾਂ ਇਹਨੂੰ ਦੇ ਦਾਨੇ ਆ ਜਿੰਨੀ ਕ ਬਾਤ ਦੀ ਆ ਕਿਉਂਕਿ ਉਹ ਵਿਚਾਰਾ ਵੀ ਇੱਥੇ ਭਾਈ ਕੰਮ ਵੀ ਕਰਾ ਕੇ ਆਇਆ ਓਏ ਕੋਈ ਨਹੀਂ ਕੋਈ ਨਹੀਂ ਸਾਰਾ ਕੁਝ ਮੈਂ ਆਪੇ ਕਰ ਲੂ ਓਏ ਆਪਾਂ ਨੂੰ ਤਾਂ ਦੋਨੇ ਰਸਤੇਦਾਰ ਇੱਕੋ ਜਿਹੇ ਆ ਉਹ ਵੀ ਉਹੋ ਜਿਹਾ ਤੇ ਉਹ ਵੀ ਦੂਜਾ ਵੀ ਉਹੋ ਜਿਹਾ ਤੈਨੂੰ ਹੋਣਗੇ ਦੋਨੇ ਇੱਕੋ ਜੇ ਮੈਨੂੰ ਨਹੀਂ ਹੈਗੇ ਮੇਰੀ ਗੱਲ ਸੁਣ ਮੈਂ ਤਾਂ ਭਾਈ ਫੱਕ ਮੇਰੇ ਪੇਕਿਆਂ ਨੂੰ ਚਾਹੀਦੀ ਆ ਦੂਜੀ ਗੱਲ ਨਹੀਂ ਨਾ ਮੈਂ ਕੋਈ ਤੀਜੀ ਸੁਣਾ ਤੇ ਆਪਦਾ ਜਾ ਮਿਲ ਲਾ ਓਏ ਤੂੰ ਤਾਂ ਕਹਿਤਾ ਮੇਰਾ ਭਰਾ ਕੰਮ ਕਰਾ ਕੇ ਗਿਆ ਤੈਨੂੰ ਪਤਾ ਵਿਆਹ ਤੋਂ ਪਹਿਲਾਂ ਕਿੰਨਾ ਕੰਮ ਕਰਾ ਕੇ ਜਾਂਦਾ ਜਾਇਆ ਇੱਥੇ ਰਹਿੰਦਾ ਸੀ ਸਾਰਾ ਕਣਕ ਕੁਣਕ ਬਜਾ ਕੇ ਝੋਨੇ ਝੁੰਨੇ ਸਭ ਕੁਝ ਲਵਾ ਕੇ ਜਾਂਦਾ ਸੀ ਤੂੰ ਤਾਂ ਕਹਿੰਦਾ ਮੌਜ ਨਾਲ ਉਹ ਗੱਲਾਂ ਫਿਰ ਉਦੋਂ ਨਾਲ ਰਹਿ ਗਈਆਂ ਉਦੋਂ ਫਿਰ ਤੁਸੀਂ ਵੀ ਕੰਮ ਆਏ ਸੀ ਉਹਨਾਂ ਦੇ ਜੇ ਉਹ ਤੁਹਾਡੇ ਕੰਮ ਆਏ ਹੋਣਗੇ ਤੇ ਫਿਰ ਅੱਜ ਦੀ ਗੱਲ ਕਰਦੀਆਂ ਮੈਂ ਤਾਂ ਹੁਣ ਦੇ ਟਾਈਮ ਦੀ ਗੱਲ ਕਰ ਪਿਛਲੀਆਂ ਨੂੰ ਕੀ ਛੇੜਨਾ ਉਹ ਚੰਗਾ ਚੰਗਾ ਮੈਨੂੰ ਕਰ ਉਹਨਾਂ ਨਾਲ ਖੈਰ ਸੁੱਖ ਪੁੱਛ ਲੈਣ ਦੇ ਫੇਰ ਕਰਦੇ ਆਂ ਗੱਲ ਚਲ ਫੈਸਲਾ ਸਾਡੇ ਹੱਕ 'ਚ ਹੋਵੇ ਆਹੋ ਇਹ ਕਿਹੜਾ ਘਾਟਾ ਇਹ ਤਾਂ ਆਪ ਦੋ ਪਾਸੇ ਦੀਆਂ ਗੱਲਾਂ ਕਰਦਾ ਹੁਣ ਕਰਾਂ ਕੀ ਇਹ ਤਾਂ ਮੇਰੀ ਜਾਨ ਤੇ ਬਣ ਗਈ ਬਾਕੀ ਭਾਈ ਪੇਕਿਆਂ ਤੋਂ ਫਿਰ ਟੁੱਟਣ ਵਾਲਾ ਕੰਮ ਹੋ ਜੂ ਜੇ ਹੁਣ ਫੱਕ ਨੂੰ ਜਵਾਬ ਦੇਤਾ ਇਹ ਤਾਂ ਹੁਣ ਹਰ ਇੱਕ ਚੀਜ਼ ਆਪਦੇ ਪੇਕਿਆਂ ਨੂੰ ਦੇ ਦਿੰਦੀ ਹੈ ਮੈਨੂੰ ਕਿੱਥੇ ਇਹ ਚੱਲਦੀ ਸੀ ਪਰ ਐਤਕੀ ਦਾ ਫੈਸਲਾ ਹੁਣ ਮੈਨੂੰ ਹੀ ਲੈਣਾ ਪਊ ਕੋਈ ਨਾ ਕੋਈ ਮੈਨੂੰ ਹੀ ਲਾਉਣਾ ਪਊਗਾ ਜਗਾੜ ਲੈ ਉਹ ਮੀਂਹ ਤਾਂ ਹਜੇ ਹਟ ਹੀ ਨਹੀਂ ਰਿਹਾ ਇਹ ਤਾਂ ਝੜੀ ਲਾ ਕੇ ਬਹਿ ਗਿਆ ਮੀਂਹ ਤਾਂ ਨਾ ਝੜੀ ਲੱਗ ਉਹ ਹੋਰ ਬਾਈ ਜੈਬ ਕੀ ਹਾਲ ਚਾਲ ਆ ਉਹ ਪਾਲੀ ਹੋਰ ਠੀਕ ਠਾਕ ਆ ਅਸੀਂ ਗੱਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਆ ਬਾਈ ਵਧੀਆ ਵਧੀਆ ਵੀਰ ਜੀ ਉਹ ਮੀਂਹ ਤਾਂ ਅੰਦਰ ਘਰੇ ਖੜ ਜਾ ਕਰ ਓਏ ਉਹ ਕੀ ਕਰ ਗਏ ਯਾਰ ਜੇ ਮੀਂਹ ਚ ਘਰੇ ਖੜਦੇ ਆ ਤੈਨੂੰ ਪਤਾ ਕੰਮ ਤਾਂ ਦੇ ਰਹਿ ਜਾਂਦੇ ਆ ਪਰ ਪਾਣੀ ਨੂੰ ਲਾਲਚੀ ਵਾਲਾ ਤੂੰ ਕੰਮ ਦਾ ਉਹ ਲਾਲਚ ਕਿਹੜਾ ਕਰਦੇ ਆ ਤੈਨੂੰ ਪਤਾ ਖੇਤ ਬਸ ਕੱਲਾ ਜਾਣਾ ਬਸ ਇੱਕ ਆਏ ਆ ਵੀ ਦਿਹਾੜੀ ਦਾ ਦੂੜਾ ਘੱਟ ਪਾਉਣਾ ਮੈਂ ਹੋਰ ਤਾਂ ਕੋਈ ਸਰਦਾ ਨਹੀਂ ਭਾਈ ਬਾਹਰ ਅੰਦਰ ਜਾਏ ਵੀ ਨਾ ਮੈਨੂੰ ਸਰਦਾ ਦਿਹਾੜੀ ਦੂੜੀ ਪਾ ਲਿਆ ਯਾਰ ਕੱਲਾ ਬਿਮਾਰ ਹੋ ਕੇ ਬਹਿ ਜਾਏਗਾ ਹੁਣ ਤਾਂ ਕੱਲਾ ਕੰਮ ਰਹਿ ਜੂ ਓ ਯਾ ਤਾਂ ਤੇਰੀ ਗੱਲ ਠੀਕ ਹੈ ਹੋਰ ਉਹ ਬਸ ਆਏ ਆ ਚੱਲ ਯਾਰ ਵੀ ਚੱਲ 2 ਰੁਪਏ ਫੇਰ ਹੀ ਬਚਦੇ ਤੈਨੂੰ ਪਤਾ ਨਹੀਂ ਤਾਂ ਪਰ ਉਹ ਐ ਤਾਂ ਹੈਗਾ ਬਾਈ ਫਿਰ ਸਾਰੇ ਪਾਸੇ ਦੇਖਣਾ ਪੈਂਦਾ ਬਿਮਾਰ ਹੋ ਗਿਆ ਕੱਲਾ ਜਾਣਾ ਕੰਮ ਵਾਲਾ ਫਿਰ ਘਰੇ ਵੀ ਔਖਾ ਹੋ ਜੂ ਇਹ ਤਾਂ ਗੱਲ ਤੇਰੀ ਸਹੀ ਆ ਹੋਰ ਦੱਸੋ ਕਿਵੇਂ ਆ ਘਰ ਪਰਿਵਾਰ ਠੀਕ ਠਾਕ ਹੈ ਸਾਰੇ ਵਧੀਆ ਵਧੀਆ ਝੋਨਾ ਫਿਰ ਲਾਤਾ ਬਾਈ ਨਹੀਂ ਝੋਨਾ ਭਾਈ ਬਸ ਲਾਤਾ ਥੋੜਾ ਜਿਹਾ ਰਹਿ ਗਿਆ ਉਹ ਹਜੇ ਪਛੇਤਾ ਲਾਵਾਂਗੇ ਅਸੀਂ ਠਹਿਰ ਕੇ ਲਾਵਾਂਗੇ ਥੋੜਾ ਜਿਹਾ ਚੱਲ ਵਧੀਆ ਅੱਜ ਤਾਂ ਮੀਂਹ ਵੀ ਪੈ ਗਿਆ ਵਧੀਆ ਉਹ ਫਿਰ ਸੌਣ ਵਾਲਾ ਰੱਖਿਆ ਉਹ ਤਾਂ ਸੌਣ ਵਾਲਾ ਰੱਖਿਆ ਹਾਂ ਉਹ ਤਾਂ ਲੇਟ ਲਾਵਾਂਗੇ ਅਸੀਂ ਤਾਂ ਲਾਉਂਦੇ ਹੀ ਨਹੀਂਗੇ ਤੇ ਹੋਰ ਸੁਣਾਓ ਝੋਨਾ ਝੋਨਾ ਕਿਵੇਂ ਆ ਫਿਰ ਉਹ ਝੋਨੇ ਨਹੀਂ ਪਵਾੜੇ ਪਾ ਰੱਖਿਆ ਯਾਰ ਕਿਵੇਂ ਸਾਡੇ ਕੋਲੇ ਫੱਕ
ਅੱਛਾ ਉਹ ਕਹਿੰਦੀ ਆਪਣੇ ਖੜੀ ਹੈ ਵਾਧੂ ਕਹਿੰਦੀ ਲੈ ਜਾ ਕੇ ਅੱਛਾ ਤਾਂ ਹੀ ਅਸੀਂ ਆਏ ਸੀਗੇ ਠੀਕ ਹੈ ਠੀਕ ਹੈ ਹਾਂ ਉਹ ਤੇਰੀ ਭਰਜਾਈ ਨੇ ਮੈਨੂੰ ਉੱਥੇ ਆਉਂਦੀ ਨੂੰ ਰਾਹ 'ਚ ਹੀ ਰੋਕ ਲਿਆ ਉਹ ਵੀ ਆ ਰਿਹਾ ਮਿਲਦਾ ਮੇਰਾ ਹਨਾ ਹਾਂ ਆ ਰਿਹਾ ਤੇਰਾ ਸਾਰਾ ਆ ਰਿਹਾ ਹਾਂ ਉਹਦਾ ਭਰਾ ਆ ਰਿਹਾ ਤੇ ਚੱਲ ਯਾਰ ਉਹਨੂੰ ਮਿਲਣਾ ਮੈਂ ਤੇ ਫੇਰ ਦੇ ਮਿਲਦੇ ਆ ਆਪਾਂ ਬਹਿਨੇ ਆ ਫਿਰ ਹੈ ਕੋਈ ਨਾ ਚੱਲ ਜਾ ਤੈਨੂੰ ਪਤਾ ਹੀ ਆ ਫਿਰ ਗੁੱਸਾ ਕਰੂਗੀ ਉਹਨੂੰ ਤਾਂ ਮਿਲਿਆ ਉਹ ਚੱਲ ਕੋਈ ਨਾ ਆਪਾਂ ਤਾਂ ਰੋਜ਼ ਹੀ ਮਿਲਦੇ ਆ ਕੋਈ ਨਾ ਉਹਨੂੰ ਤਾਂ ਗੁੱਸੇ ਹੋ ਜੇ ਆਪਣਾ ਕੀ ਆਪਾਂ ਤਾਂ ਭਾਈ ਆ ਭਾਈਆਂ ਨਾਲ ਆਪਣਾ ਕੀ ਬੰਦੇ ਆਪਾਂ ਤਾਂ ਫੇਰ ਉਹੋ ਜੇ ਹੋ ਲਗੇ ਉਹ ਨਾਲੇ ਮੈਂ ਉਹਨੂੰ ਆਖਿਆ ਮਹਾ ਮੇਰੀ ਗੱਲ ਸੁਣ ਜੈ ਭਾਈ ਵਿਆਹ ਤੋਂ ਪਹਿਲਾਂ ਇੱਥੇ ਰਹਿੰਦਾ ਰਿਹਾ ਉਹ ਭਾਈ ਸਾਰੇ ਕੰਮ ਧੰਦੇ ਉਸੇ ਨੇ ਕਰਾਏ ਨੀਆਂ ਰਿਸ਼ਤੇਦਾਰੀਆਂ ਪੈ ਜਾਂਦਾ ਸਾਰਾ ਕੁਝ ਹੀ ਬਦਲ ਜਾਂਦਾ ਸਾਰਾ ਕੁਝ ਬਦਲ ਜਾਂਦਾ ਪੁਰਾਣਾ ਕੰਮ ਤਾਂ ਅਗਲਾ ਭੁੱਲ ਜਾਂਦਾ ਭੁੱਲ ਜਾਂਦਾ ਸਹੀ ਗੱਲ ਆ ਚੱਲ ਮੈਂ ਮਿਲਿਆ ਮਜਾ ਦੇਖ ਲਾ ਭੂਆ ਇਹਦਾ ਸੁਭਾਅ ਕਿੰਨਾ ਨਰਮਾ ਹਨਾ ਹਾਂ ਇਹ ਤਾਂ ਮੇਰਾ ਤੈਨੂੰ ਪਤਾ ਹੀ ਆ ਉਹ ਨਰਮ ਕਰਕੇ ਉਹ ਮਿੰਟਲਾ ਸਿਰ ਚੜੀ ਬੈਠੀ ਆ ਇਹ ਕੁਝ ਕਹਿੰਦੀ ਨਹੀਂ ਹੁਣ ਉਹਨੂੰ ਹਾਂ ਇਹ ਨਹੀਂ ਕਹਿੰਦਾ ਹੈ ਇਹ ਨਹੀਂ ਕਹਿੰਦਾ ਚੰਬੜੀ ਹੋਈ ਆ ਥੋੜੀ ਜੀ ਜ਼ਿਆਦਾ ਵਾੜੀ ਆ ਤਾਂ ਉਹਦਾ ਬੋਲਣ ਚੱਲਣ ਤੋਂ ਹੀ ਪਤਾ ਲੱਗ ਗਿਆ ਮੈਂ ਐ ਕਹਿੰਦੀ ਸੀ ਤੁਸੀਂ ਹੁਣ ਦੇਖ ਲੈਂਦੇ ਜਾ ਕੇ ਮੀਂਹ ਤਾਂ ਪਈ ਜਾਂਦਾ ਜਦੋਂ ਹਟ ਗਿਆ ਉਹਦੀ ਭੱਜ ਲਾਂਗੇ ਉਹ ਮੀਂਹ ਚ ਮੈਂ ਭਿੱਜ ਜੂਗਾ ਯਾਰ ਹੁਣ ਦੇਖ ਲੈ ਸੁਣਦਾ ਉਹ ਮੁੰਡਾ ਇੱਥੇ ਤੁਹਾਡੇ ਕੋਲੇ ਨਹੀਂ ਬੈਠਾ ਦਿੱਤਾ ਉਹਨੂੰ ਅੱਡ ਬਿਠਾਈ ਬੈਠੀ ਉਹ ਚੱਲ ਕੋਈ ਨਾ ਭੂਆ ਐ ਹੁੰਦਾ ਵੀ ਉਹ ਚੱਲ ਨਵਾਂ ਰਿਸ਼ਤੇਦਾਰ ਆ ਹਾਂ ਆਪਾਂ ਨੂੰ ਤਾਂ ਸਾਰਾ ਪਤਾ ਹੈਗਾ ਉਹ ਗੁੱਸੇ ਹੋ ਗਿਆ ਫਿਰ ਔਖਾ ਹੋ ਜੂ ਆ ਲੱਗ ਗਿਆ ਯਾਰ ਮੈਂ ਆਇਆ ਸੀਗਾ ਮੇਰੇ ਕੋਲੇ ਆਏ ਵੀ ਨਹੀਂ ਹਨਾ ਨਹੀਂ ਰਣਦੀਪ ਦਾ ਸੁਭਾਅ ਇਹ ਉਹ ਚੱਲ ਕੋਈ ਨਾ ਭੂਆ ਬੁੜੀਆਂ ਦਾ ਤਾਂ ਹੀ ਹੁੰਦਾ ਕੰਮ ਹੁਣ ਫਿਰ ਮੈਂ ਮੀਂਹ ਚ ਜਾਵਾਂ ਹੁਣ ਖੇਤ ਕੁਛ ਨਹੀਂ ਹੁੰਦਾ ਜਾਏ ਉਹ ਮੁੜ ਕੇ ਜੇ ਹਟ ਗਿਆ ਜਾਣਾ ਸੌਖਾ ਹੋ ਜੂਗਾ ਅਕਵੇਲਾ ਹੋ ਹੀ ਜਾਂਦਾਗਾ ਕਿਹੜੇ ਖੇਤ ਆ ਜੀ ਹੋਈ ਆ ਭੂਆ ਹੱਕ ਆਪਣੇ ਇੱਥੇ ਆਪਣੇ ਨੇੜੀ ਆ ਆ ਜਿਹੜਾ ਗੋੜੀ ਵਾਲੇ ਚ ਹਾਂ ਹਾਂ ਇੱਥੇ ਆ ਠੀਕ ਆ ਚੱਲ ਫਿਰ ਮੈਂ ਜਾਣਾਗਾ ਦੇਖਿਓ ਮੈਂ ਤਾਂ ਕੱਪੜੇ ਵੀ ਨਹੀਂ ਲੈ ਕੇ ਆਇਆ ਕੋਈ ਹੋਰ ਭਿੱਜ ਗਿਆ ਔਖਾ ਹੋ ਜੂਗਾ ਕਿਧਰੇ ਨਹੀਂ ਗਰਮੀ ਦਾ ਤਾਂ ਟਾਈਮ ਆਗਾ ਸੁੱਕ ਜਾਣਾ ਗਰਮੀ ਦਾ ਸਿਆਲ ਆਗਾ ਇੱਥੇ ਪਿੰਡੇ ਕੋ ਕੂਲਰ ਲਾ ਦਾਂਗੇ ਉਹਦੇ ਨਾਲ ਸੁੱਕ ਜਾਣਾ ਚੱਲ ਚੰਗਾ ਭੂਆ ਚੰਗਾ ਜਾਇਆ ਉਹ ਕਿਵੇਂ ਕਰਮੂ ਉਹ ਤੂੰ ਇੱਥੇ ਮੀਂਹ ਚ ਪੈ ਗਿਆ ਉਹੀ ਬੈਠਾ ਹੈ ਵਧੀਆ ਹੈ ਠੰਡ ਆ ਗੋਗੀ ਉਹ ਠੀਕ ਠਾਕ ਹੈ ਹਾਂ ਵਧੀਆ ਹੈ ਘਰੇ ਪਰਿਵਾਰ ਠੀਕ ਹੈ ਸਾਰਾ ਘਰ ਵਧੀਆ ਤੁਸੀਂ ਦੱਸੋ ਉਹ ਠੀਕ ਆ ਵਧੀਆ ਤੇ ਝੋਨਾ ਝੋਨਾ ਲੱਗ ਗਿਆ ਝੋਨਾ ਕਿੱਥੋਂ ਲੱਗ ਗਿਆ ਫੱਕ ਤਾਂ ਲੈਣ ਆਇਆ ਮੈਂ ਤੂੰ ਵੀ ਫੱਕ ਲੈਣ ਆਇਆ ਤੇ ਹੋਰ ਫੱਕ ਮਿਲ ਹੀ ਨਹੀਂ ਰਹੀ ਭੈਣ ਪਿੰਡ ਚ ਸਾਰੇ ਕਿਤੇ ਭਗਾਈ ਕਰਕੇ ਆਇਆ ਮੈਂ ਤਾਂ ਹਾਰ ਕੇ ਓਹੋ ਯਾਰ ਉਧਰੋਂ ਮਾਮੇ ਦਾ ਮੁੰਡਾ ਬੈਠਾ ਯਾਰ ਉਹ ਕਹਿੰਦਾ ਮੈਂ ਫੱਕ ਲੈ ਕੇ ਜਾਣੀ ਹੈ ਹੁਣ ਕੀ ਕਰੀਏ ਫੱਕ ਥੋੜੀ ਹੈ ਚੱਲ ਕੋਈ ਨੀ ਦੇਖਦੇ ਆ ਫਿਰ ਕਰਦੇ ਆ ਕੁਛ ਨਾ ਕੁਛ ਕਰ ਫੱਕ ਤਾਂ ਲੈ ਕੇ ਜਾਊਂਗਾ ਹੁਣ ਮੈਂ ਸਾਰੀ ਪੈ ਤੋਂ ਨਜ਼ਰ ਲਾਉਣ ਵਾਲਾ ਸਾਰੀ ਪਿਆ ਪੂਰਾ ਵੀ ਲਾਇਆ ਪੂਰਾ ਕਿੱਥੋਂ ਲੱਗਿਆ ਮੈਂ ਹਮਕੋ ਸਹੀ ਨਹੀਂ ਨਾ ਉਹ ਬੀ ਮਿਲਦਾ ਤੇ ਤੂੰ ਛਿੱਟੀ ਨਹੀਂ ਛਿੱਟੀ ਕਿੱਥੋਂ ਉਹ ਜਿਹੜੀ ਮੈਂ ਲਾਈ ਹੈ ਉਹ ਘੱਟ ਸੀ ਅੱਛਾ ਹਾਂ ਠੀਕ ਹੈ ਉਹ ਪਿੰਡ 'ਚ ਮਿਲਦੀ ਨਹੀਂ ਕਿਤੋਂ ਅੱਛਾ ਅੱਛਾ ਘੱਟ ਗਈ ਹਾਂ ਚੱਲ ਕੋਈ ਗੱਲ ਨਹੀਂ ਫਿਰ ਦੇਖਦੇ ਹਾਂ ਤੇ ਰੋਟੀ ਰੋਟੀ ਖਾ ਲਈ ਨਾ ਰੋਟੀ ਰੋਟੀ ਕਾ ਖਾ ਕੇ ਤੁਰਿਆ ਸੀ ਮੈਨੂੰ ਫੱਕ ਦੇ ਦੋ ਬਸ ਬਹੁਤ ਹੈ ਚੱਲ ਕੋਈ ਨਹੀਂ ਹੋਰ ਮੈਂ ਰਾਇ ਕਰਦਾ ਬੇਬੇ ਨਾਲ ਤੇ ਫਿਰ ਕਰਦੇ ਹਾਂ ਹੱਲ ਕਰ ਕਰ ਫੱਕ ਤਾਂ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਹੁਣ ਤਾਂ ਮੀਂਹ ਹਟ ਗਿਆ ਐਂ ਕਰਦੇ ਆ ਭੂਆ ਜੇ ਆਪਾਂ ਬਾਹਰ ਬਹਿ ਜੀਏ ਨਾਲੇ ਮੌਸਮ ਠੰਡਾ ਐਵੇਂ ਅੰਦਰ ਜੇ ਬੜੇ ਬੈਠੇ ਆ ਬਾਹਰ ਬੈਠਣਾ ਬਹਿ ਜੋ ਕਣੀਆਂ ਜੀ ਮਾੜੀਆਂ ਮਾੜੀਆਂ ਆਈ ਜਾਂਦੀ ਪੂਰ ਜੀ ਡਿੱਗੀ ਜਾਂਦੀ ਸੀ ਚਲ ਪਾਓ ਦੂਜੇ ਲੋਬੀ ਉਹ ਕਮਰੇ 'ਚ ਬਹਿ ਜਾਾਂਗੇ ਉੱਥੇ ਬਹਿ ਜਾਾਂਗੇ ਚਲ ਬਹਿ ਜਾਾਂਗੇ ਚਲੋ ਜਵਾਕਾਂ ਨੂੰ ਵੀ ਬਸ ਜਵਾਕ ਵੀ ਆਖਣਗੇ ਉਹਨਾਂ ਨੂੰ ਆਖੂ ਪਾ ਕੇ ਖਾ ਲੋ ਬਣੀ ਪਈ ਆ ਚੱਲ ਜਵਾਕਾਂ ਨੂੰ ਵੀ ਨਹੀਂ ਦੇ ਸਕਦੀ ਪਰ ਤੈਨੂੰ ਆਈ ਨਹੀਂ ਪਤਾ ਮੈਂ ਵੀ ਆਪੇ ਪਾ ਕੇ ਖਾ ਲੈਣੀ ਆ ਆਈ ਨਹੀਂ ਪਤਾ ਪਾਦੀ ਨੂੰ ਫੜਾ ਦੇ ਐ ਨੀ ਪਤਾ ਆਕਾ ਇਹਦੇ ਵੀ ਪਾ ਕੇ ਖਾ ਲਾ ਫਿਰ ਤਾਂ ਵਾਲੀ ਉਹ ਆ ਹਨਾ ਫੋਨ ਵਾਲਾ ਵੇਖਦੀ ਆ ਹਾਂ ਫਿਰ ਨਾਲੇ ਕਹਿ ਦਿੰਦੀ ਆ ਮੇਰਾ ਸਿਰ ਦੁਖਦਾ ਮੇਰਾ ਆਹ ਦੁਖਦਾ ਮੇਰਾ ਫਲਾਣਾ ਜਦੋਂ ਫੋਨ ਦਾ ਖੜਾ ਤਾਂ ਸੜਦੀ ਨਹੀਂ ਆ ਅੱਖਾਂ ਦੁਖਦੀਆਂ ਨੇ ਆਖੂ ਵੀ ਮੇਰਾ ਸਿਰ ਦੁਖਦਾ ਹੈ ਮੇਰੇ ਹੱਡ ਪੈਰ ਲੱਤਾਂ ਦੁਖਦੀਆਂ ਉਹ ਫੋਨ ਸਾਰਾ ਕੁਝ ਕਰੀ ਜਾਂਦਾ ਹਾਂ ਆਈਆਂ ਬਸ ਲੱਗੀ ਰਹਿੰਦੀ ਆ ਹੋਰ ਨਾ ਦਵਾਈ ਲੈ ਵੇ ਕਹਿੰਦਾਂਗੇ ਵੀ ਭਈ ਦਵਾਈ ਲੈ ਲੈ ਹਾਂ ਗੋਲੀ ਲੈਂਦੀ ਸਿਰ ਦੁਖਦੇ ਦਵਾਈ ਕਾਹਤਾ ਲਊਗੀ ਵਧੀਆ ਬਹਾਨਾ ਬਣ ਜਾਂਦਾ ਨਾ ਕੀ ਗੱਲਾਂ ਜੀਆਂ ਕਰੀ ਜਾਂਦੀਆਂ ਚੋਰੀ ਚੋਰੀ ਭੂਆ ਤੇ ਭਤੀਜ ਨੂੰ ਕੁਛ ਨਹੀਂ ਅਸੀਂ ਤਾਂ ਕਬੀਲਦਾਰੀ ਦੀਆਂ ਆਪਣੀਆਂ ਗੱਲਾਂ ਕਰੀ ਜਾਂਦੇ ਆ ਚੱਲ 10 ਮਿੰਟ ਬੈਠੇ ਆ ਭੂਆ ਕੋਲੇ ਫੇਰ ਪਤਾ ਨਹੀਂ ਕਦੋਂ ਤੁਰ ਜਾਣਗੇ ਕਦੋਂ ਗੇੜਾ ਵੱਜੂਗਾ ਵੀ ਚੱਲ ਹੁਣ ਅਸੀਂ ਗੱਲਾਂ ਬਾਤਾਂ ਮਾਰਦੇ ਚੱਲ ਮੈਨੂੰ ਵੀ ਦੱਸ ਦਿਓ ਕੀ ਗੱਲਾਂ ਕਰਦੀਆਂ ਸੀ ਭੂਆ ਵੀ ਕੀ ਗੱਲਾਂ ਕਰਦੀਆਂ ਕਬੀਲਦਾਰੀ ਦੀਆਂ ਇਹ ਜੀਆਂ ਭੂਆ ਨਾਲ ਇਹ ਤਾਂ ਆਪ ਕਹਿੰਦੀ ਸੀ ਮੇਰਾ ਵੀ ਸਿਰ ਸੋਜਾ ਦੁਖਦਾ ਰਹਿੰਦਾ
मेरे बारे तुसीं हाय कर दे सी ये अपने दा पिंडां च रिवाज नहीं ये शहर दी आ अच्छा होर ये ते मरनाले दी आ ना मेरी गल सुन शहर वालों की ज्यादा कपड़े पाने आंदे ने भी पिंड वाले नहीं पा सकदे नहीं आपा खेती वाले बंदे आ अपने पिंडां च कोई ਲੋਕੀ ਤੇ ਲੰਗਾਉਣ ਲੱਗ ਜਾਂਦੇ ਨੇ ਆਹੋ ਕਾਨੂੰ ਪਹਿਲਾਂ ਤਾਂ ਤੂੰ ਹੀ ਬਣਾਉਣੀ ਆ ਸਰੀਕਾ ਤਾਂ ਤੂੰ ਕਰਦੀ ਆ ਨਹੀਂ ਮੈਂ ਤਾਂ ਕਾਨੂੰ ਕਰਦੀ ਆ ਇਹ ਨਾ ਪਲਾਜੋ ਪਲੂਜੋ ਪਾ ਲੈ ਇਹਨੂੰ ਵੀ ਆਖਿਆ ਸੀ ਬੁਠਾ ਵੀ ਵੀਰਪਤ ਸਾਡੇ ਕੋਲ ਤੂੰ ਆਹੀ ਪਾ ਕੇ ਆਉਣਾ ਸੀਗਾ ਆਹੋ ਤੂੰ ਕਾਨੂੰ ਪਹਿਲਾਂ ਪਾ ਕੇ ਆਉਣਾ ਸੀ ਹੋਰ ਨਹੀਂ ਨਹੀਂ ਬੇਬੇ ਇਹ ਤਾਂ ਤੂੰ ਗੱਪ ਮਾਰਦੀਆਂ ਦੇਖ ਲੈ ਭੈਣੇ ਮੈਨੂੰ ਤਾਂ ਨਾ ਇਹ ਆ ਪਲਾਜੋ ਪਲੂਜੇ ਜੇ ਪਾਉਣ ਨਹੀਂ ਦਿੰਦੇ ਤੇ ਨਾ ਆਹ ਪੋਨੀ ਬੁਨੀ ਜੀ ਕਰਨ ਦੇਣ ਜੇ ਮੈਂ ਕਦੇ ਕਰਨਾ ਤੇ ਕਹਿਣਗੇ ਆ ਮੈਂ ਇਸ ਦੀ ਪੂਛ ਜੀ ਕੀ ਖਿਲਾਰੀ ਐ ਮੇਰੀ ਗੱਲ ਸੁਣ ਭੈਣੇ ਹਾਂ ਦੀਪ ਭੂਆ ਜੀ ਦਾ ਤਾਂ ਸੁਭਾਅ ਹੀ ਨਹੀਂ ਹੈਗਾ ਇਹ ਜਿਹਾ ਰੋਕ ਟੋਕ ਕਰਨ ਵਾਲਾ ਬਾਕੀ ਰਹੀ ਗੱਲ ਪਾਲੀ ਵੀਰ ਜੀ ਦੀ ਉਹ ਭਾਈ ਜਿਵੇਂ ਕਹੂਗਾ ਤੈਨੂੰ ਉਵੇਂ ਕਰਨਾ ਪਊਗਾ ਹੁਣ ਮੈਂ ਤਾਂ ਜਿਵੇਂ ਹੁਣ ਮੈਨੂੰ ਤਾਂ ਮੇਰਾ ਬੰਦਾ ਕੁਝ ਕਹਿੰਦਾ ਨਹੀਂ ਹਨਾ ਭੂਆ ਦਾ ਤਾਂ ਪਹਿਲੇ ਦਿਨੋਂ ਸੁਭਾਅ ਨਹੀਂ ਹੈਗਾ ਰੋਕ ਟੋਕ ਕਰਨ ਵਾਲਾ ਐਵੇਂ ਵੀ ਹਾਂ ਆਹ ਨਹੀਂ ਖਾਣਾ ਆਹ ਨਹੀਂ ਖਾਣਾ ਉਹ ਕਰਨਾ ਨਹੀਂ ਹੈਗਾ ਤੂੰ ਤਾਂ ਭੂਆ ਨੂੰ ਐਵੇਂ ਨਿੰਦੀ ਜਾਂਦੀ ਆਹੋ ਆਹੋ ਭੈਣ ਦੀ ਸਾਈਡ ਤਾਂ ਕਾਹਨੂੰ ਲੈਣੀਆਂ ਤੂੰ ਤਾਂ ਭੂਆ ਦੀ ਬਣ ਕੇ ਰਹਿ ਉਹੀ ਗੱਲ ਭੂਆ ਦੀ ਹੀ ਕਰਾਏਂਗੀ ਫਿਰ ਹੁਣ ਜੋ ਪਤਾ ਹੀ ਹੈ ਮੈਨੂੰ ਫਿਰ ਫੱਕ ਨਹੀਂ ਮਿਲਣੀ ਜੇ ਭੂਆ ਦੀ ਨਾ ਕਰਾਈ ਫਿਰ ਕਹਾਂਗੀ ਰਣਦੀਪ ਖਾਣੀ ਵਿੱਚ ਦੀ ਗੱਲਾਂ ਕੱਢਦੀ ਹੈ ਲੈ ਭੈਣ ਫੱਕ ਵਾਲੀ ਗੱਲ ਕਿੱਥੋਂ ਆ ਗਈ ਇਹ ਤਾਂ ਵੈਸੇ ਆਪਾਂ ਨਾਰਮਲ ਗੱਲਾਂ ਕਰੀ ਜਾਂਦੇ ਆ ਤੂੰ ਫੱਕ ਫੱਕ ਸਵੇਰ ਦੀ ਲਾ ਰੱਖੀ ਹੈ ਨਾਲੇ ਮੈਂ ਐਂ ਕਹਿੰਦੀ ਸੀ ਤੇ ਬਾਈ ਕਿੱਧਰ ਗਿਆਗਾ ਸੱਚ ਨਹੀਂ ਪੈਂਦੇ ਚ ਕੁਝ ਨਹੀਂ ਉਹ ਤਾਂ ਫੱਕ ਲੈਣ ਗਿਆਗਾ ਖੇਤੋਂ ਲੈ ਭੈਣੇ ਫੱਕ ਤਾਂ ਹੁਣ ਜਦੋਂ ਤੁਹਾਨੂੰ ਵੀਰਪਾਲ ਜਵਾਬ ਦਿੱਤਾ ਸੀ ਭਾਈ ਹੁਣ ਮੈਂ ਤੁਹਾਨੂੰ ਆਖਿਆ ਸੀ ਵੀ ਭਾਈ ਜਦੋਂ ਮੇਰਾ ਭਰਾ ਆਇਆ ਬੈਠਾ ਫੱਕ ਤਾਂ ਹੁਣ ਉਹੀ ਲੈ ਕੇ ਜਾਊਗਾ ਕੋਈ ਨਾ ਫਿਰ ਤੇਰਾ ਭਰਾ ਵੀ ਲੈ ਜਾਊ ਭਾਈ ਅਸੀਂ ਕਿਹੜਾ ਕਹਿੰਦੇ ਆ ਵੀ ਨਾ ਲੱਗ ਜਾਊ ਬਾਕੀ ਹੁਣ ਤੈਨੂੰ ਪਤਾ ਹੀ ਆ ਭੂਆ ਜਿਵੇਂ ਕਰ ਦੂ ਅਸੀਂ ਤਾਂ ਉਵੇਂ ਹੀ ਕਰਨਾ ਨਹੀਂ ਇਹ ਆਮ ਦੇ ਜੋਗਰੀ ਲੈ ਜਾਣਗੇ ਜਿਹੜੀ ਬਚ ਗਈ ਉਹ ਲੈ ਜਾਊਗਾ ਬਚੂ ਕਿੱਥੋਂ ਬਚਣ ਨੂੰ ਹੈ ਹੀ ਨਹੀਂ ਹਲੇ ਉਹ ਕਹਿੰਦਾ ਮੇਰੇ ਪੈ ਨੇਗੀਆਂ ਡੋਲਾਂ ਡੂਲਾਂ ਲਾਉਣ ਵਾਲੀਆਂ ਪੈਂਦੀਆਂ ਨੇ ਇੱਕ ਕੈਰਾ ਹਲੇ ਰਹਿੰਦਾ ਉਹ ਬੁੜੀਆਂ ਗਵਾਂਢੀਆਂ ਦੇ ਵਗਦੀਆਂ ਉਹਨਾਂ ਦੇ ਲਾ ਲੂ ਕੰਮ ਚੱਲ ਫਿਰ ਮੇਰੀ ਗੱਲ ਸੁਣ ਰਣਦੀਪ ਦੀਦੀ ਆਪਾਂ ਤਾਂ ਕੁੜੀਆਂ ਨੂੰ ਬੋਲਣ ਦਾ ਹੱਕ ਹੀ ਨਹੀਂ ਬੰਦਿਆਂ 'ਚ ਬਾਕੀ ਬੰਦਿਆਂ ਦੀ ਵੀਰ ਜੀ ਜਿਵੇਂ ਮਰਜ਼ੀ ਕਰ ਲੈਣ ਲੈ ਭੈਣੇ ਵੀਰਾ ਕਿਹੜਾ ਮੇਰੀ ਗੱਲ ਸੁਣ ਬੋਲਣ ਦਾ ਹੱਕ ਕਿਉਂ ਨਹੀਂ ਜਦੋਂ ਪੇਕਿਆਂ ਦੀ ਗੱਲ ਹੋਵੇ ਫਿਰ ਤਾਂ ਕੁੜੀਆਂ ਦਾ ਹੱਕ ਹੁੰਦਾ ਹੀ ਆ ਬੋਲਣ ਦਾ ਹੁਣ ਭਾਈ ਜਿਹੇ ਜੇ ਤੁਹਾਡੇ ਪੇਕੇ ਤਾਂ ਹੁਣ ਉਹੀ ਗੱਲ ਇਹਨੂੰ ਤਾਂ 40 ਸਾਲ ਹੋ ਗਏ ਤੇ ਮੇਰਾ ਹਲੇ ਉਹੀ ਗੱਲ 5-6 ਸਾਲ ਹੋਏ ਨੇਗੇ ਪੇਕੇ ਤਾਂ ਪੇਕੇ ਹੀ ਹੁੰਦੇ ਚਾਹੇ 40 ਸਾਲ ਹੋ ਜਾਣ ਚਾਹੇ 2 ਸਾਲ ਹੋ ਜਾਣ ਤੇ ਫਿਰ ਭੈਣੇ ਹੁਣ ਮੈਂ ਆਪਦੇ ਭਰਾ ਨੂੰ ਖਾਲੀ ਕਿਵੇਂ ਮੋੜਾਂ ਵਿਚਾਰਾ ਨਾਲੇ ਆਪੂਗਾ ਇੰਨੀ ਮਿਹਨਤ ਕਰਕੇ ਮੇਰੀ ਗੱਲ ਸੁਣ ਭੂਆ ਨੂੰ ਵੀ ਭਤੀਜੇ ਉਨੇ ਹੀ ਪਿਆਰੇ ਹੁੰਦੇ ਆ ਠੀਕ ਆ ਜਿੰਨੇ ਤੈਨੂੰ ਆਦਾ ਪਿਆਰਾ ਪਿਆਰਾ ਕੋਈ ਬੁੜਾ ਹੋਵੇ ਓਹ ਠੇਰਾ ਹੋਵੇ ਪੇਕਿਆਂ ਨੂੰ ਤਾਂ ਨਾ ਉਹਨਾਂ ਚਿਰ ਡੀਕਦੀ ਆ ਬੁੜੀ ਜਿੰਨਾਂ ਚਿਰ ਕਹਿੰਦੀ ਮੇਰੇ ਬੁੜੀ ਦਾ ਨਾ ਸਿਵਾ ਵੀ ਪੇਕਿਆਂ ਨੂੰ ਡੀਕਦਾ ਫਿਰ ਮੈਂ ਕਿਹੜਾ ਕਹਿਨੀ ਆ ਬੇਬੇ ਇਹ ਤਾਂ ਗੱਲ ਮੈਂ ਮੰਨਦੀ ਆ ਫਿਰ ਗੱਲ ਤੂੰ ਹੁਣ ਆਏ ਦੇਖ ਚੱਲ ਇਹਨਾਂ ਦੀ ਤਾਂ ਕੋਈ ਗਲਤੀ ਨਹੀਂ ਫਿਰ ਤੂੰ ਇਹਨਾਂ ਨੂੰ ਬਰਾਬਰ ਕਿਉਂ ਰੀਸ ਲਾਈ ਆ ਹੁਣ ਤੂੰ ਫੱਕ ਇਹਨਾਂ ਨੂੰ ਦੇਵੇਂਗੀ ਕਿ ਸਾਨੂੰ ਮੇਰੇ ਪੇਕਿਆਂ ਨੂੰ ਦੇਵੇਂਗੀ ਭਾਈ ਫਿਰ ਜਿਹੇ ਜੇ ਹੁਣ ਤੇਰੇ ਪੇਕੇ ਆ ਤੇ ਉਹੋ ਜੇ ਮੇਰੇ ਪੇਕੇ ਆ ਫਿਰ ਭਾਈ ਮੈਂ ਵੀ ਨਹੀਂ ਆਪਦੇ ਭਰਾ ਨੂੰ ਖਾਲੀ ਮੋੜ ਸਕਦੀ ਫਿਰ ਮੈਂ ਤਾਂ ਐਂ ਕਹਿਨੀ ਆ ਵੀ ਚੱਲ ਭਾਈ ਇਹ ਤਾਂ ਉੱਥੋਂ ਹੁਣ ਐਡਾ ਵੱਡਾ ਪਿੰਡ ਆ ਭੈਣੇ ਤੁਹਾਡੇ ਨੇੜਲੇ ਵੀ ਕਿੰਨੇ ਸਾਰੇ ਝੋਨਾ ਲਾਦਾ ਹੁਣ ਮੇਰੇ ਭਰਾ ਨੇ ਪਹਿਲੀ ਵਾਰ ਝੋਨਾ ਲਾਇਆ ਉਹਨੂੰ ਇੰਨਾ ਪਤਾ ਨਹੀਂ ਸੀਗਾ ਹਾਂ ਪਤਾ ਨੂੰ ਹੁਣ ਉਹ ਕਿਹੜਾ ਨਿਆਣਾ ਉਹ ਵੀ ਕਬੀਲਦਾਰੀ 'ਚ ਕਦੋਂ ਦਾ ਪਿਆ ਹੋਇਆਗਾ ਨਹੀਂ ਨਹੀਂ ਤੁਹਾਡੇ ਤਾਂ ਹੁਣ 100 ਜਾਣਾ ਉਹੀ ਗੱਲ ਸਾਨੂੰ ਤਾਂ ਉਰੇ ਭੇਜਤਾ ਭੈਣੇ ਉਹਦੀ ਹੁਣ ਮੇਰਾ ਪਿਓ ਮੰਜੇ ਤੇ ਬੈਠਾ ਲੈ ਹੁਣ ਵਿਚਾਰਾ ਉਹ ਕੱਲਾ ਜਵਾਕ ਹੈਗਾ ਫਿਰ ਕਿੱਡੀ ਕੁ ਗੱਲ ਆ ਗਈ ਜੇ ਚੱਲ ਉਹਨੂੰ ਫੱਕ ਦੇ ਦਾਂਗੇ ਤੁਸੀਂ ਤਾਂ ਫੇਰ ਵੀ ਕੋਈ ਹੀਲਾ ਕਰ ਲਓਗੇ ਲੈ ਜੂਗਾ ਮੈਂ ਕੀ ਉਹ ਵੀ ਲੋਰ ਹੈ ਯੂ ਥੋੜੀ ਕਈ ਹੋ ਲੈ ਜੂਗਾ ਵਿੱਚੋਂ ਉਹੀ ਗੱਲ ਮੈਨੂੰ ਤਾਂ ਲੱਗਦਾ ਹੁਣ ਬਾਈ ਭੇਜਤਾ ਨਹੀਂ ਪਤਾ ਭਈ ਉਹ ਪੱਟ ਲੈ ਫਿਰ ਉਹੀ ਗੱਲ ਲੜਾਈ ਵਾਲੀ ਗੱਲ ਭਈ ਸਾਰੀ ਤਾਂ ਨਹੀਂ ਪੱਟਦਾ ਉਹ ਕਿਹੜਾ ਕਮੀ ਸਾਰੀ ਪੱਟ ਕੇ ਲੈ ਜਾਊਗਾ ਜਿੰਨੀ ਕੁ ਬਸ ਸੰਤ ਚਾਹੀਦੀ ਐ ਤਾਂ ਉਨੀ ਕੀ ਲੈ ਕੇ ਜਾਣਾ ਫਿਰ ਮੈਂ ਹੁਣ ਤੁਹਾਡੇ 10 ਕਿੱਲੇ ਲਾਉਣ ਵਾਲੇ ਉਹਦੇ 4 ਕਿੱਲੇ ਲਾਉਣ ਵਾਲੇ ਵੀਰਪਾਲ ਵੀ ਹੁਣ ਭਈ ਤੂੰ ਆਪਦੇ ਪੇਕਿਆਂ ਤੋਂ ਪੁੱਛ ਲੈ ਹੁਣ ਤੇਰੀ ਭੈਣ ਭੂਣ ਤੋਂ ਪੁੱਛ ਲੈ ਉਹ ਵੀ ਲਾਉਂਦੀ ਨੇ ਤੁਹਾਡੇ ਤਾਂ ਕੋਈ ਨਾ ਉਹਨਾਂ ਤੋਂ ਵੀ ਪੁੱਛ ਲਾਂਗੇ ਉਹ ਕਦੋਂ ਜਵਾਬ ਦਿੰਦੇ ਆ ਸਾਨੂੰ की बनूगा ਹੁਣ ਉਹ ਤਾਂ ਜੈਬੀ ਵੀ ਤੁਰਦਾ ਫਿਰਦਾ ਬੰਦਾ ਭਾਈ ਸੌ ਆਪਦੇ ਦੋਸਤ ਦੋਸਤ ਤੋਂ ਪਤਾ ਕਰ ਲੈ ਹੁਣ ਮੇਰਾ ਭਰਾ ਤਾਂ ਸਾਰੇ ਪਤਾ ਕਰਕੇ ਆਇਆ ਉਹਨੂੰ ਤਾਂ ਮਿਲੀ ਨਹੀਂ ਉਹਦਾ ਹਾਨੀ ਸਾਰ ਨੂੰ ਸਵਾਲ ਪਾਇਆ ਨਹੀਂ ਭੈਣੇ ਜੇ ਸਾਨੂੰ ਮਿਲੀ ਹੁੰਦੀ ਅਸੀਂ ਕਿਹੜਾ ਇੱਥੇ ਆਉਣਾ ਸੀ ਫਿਰ ਅਸੀਂ ਵੀ ਆਪਦਾ ਝੋਨਾ ਲਾ ਲੈਂਦੇ ਐਡੀ ਦੂਰ ਆਉਣਾ ਪੈਂਦਾ ਸਾਨੂੰ ਉਹੀ ਗੱਲ ਭੈਣੇ ਤੂੰ ਤਾਂ ਮੁੜ ਕੁੜ ਕੇ ਗੱਲ ਉੱਥੇ ਲਿਆਉਣੀ ਆ ਹੁਣ ਦੱਸ ਕੀ ਬਣੇ ਹੁਣ ਮੈਨੂੰ ਆਏ ਨਹੀਂ ਪਤਾ ਵੀ ਮੇਰਾ ਭਰਾ ਕਿੱਧਰ ਗਿਆ ਕੋ ਉਹ ਵੀ ਖੇਤ ਵਗ ਗਿਆ ਚੱਲ ਮੈਂ ਉਹਨੂੰ ਦੇਖ ਲਈ ਕੀ ਪਤਾ ਦੇਖ ਲਾ ਉਹ ਵੀ ਖੇਤ ਗਿਆ ਹੋਵੇ ਕੀ ਪਤਾ ਸਾਡੇ ਤੋਂ ਪਹਿਲਾਂ ਹੀ ਵਗ ਗਿਆ ਹੋਵੇ ਖੇਤ ਮੈਂ ਤੁਹਾਨੂੰ ਆਏ ਕਹਿੰਦੀ ਸੀ ਵੀ ਹੁਣ ਤਾਂ ਚੱਲ ਇੱਕ ਸਲਾਹ ਹੋਰ ਵੀ ਦਿੰਦੀ ਸੀ ਚੱਲ ਭਾਈ ਜੇ ਮੇਰੇ ਭਰਾ ਨੂੰ ਉੱਥੋਂ ਹੋਰ ਕਿਸੇ ਤੋਂ ਮਿਲ ਗਈ ਉਹ ਤੁਹਾਨੂੰ ਦਵਾ ਦਾਂਗੇ ਤੁਹਾਡੇ ਨੇੜੇ ਉਧਰੋਂ ਪੱਟ ਲਿਆਇਓ ਕੋਈ ਗੱਲ ਨਹੀਂ ਦੇਖ ਲਾਂਗੇ ਜਿਵੇਂ ਠੀਕ ਹੋਰ ਕੇਰਾ ਉਹਨੂੰ ਲੈ ਜਾਣ ਦੇ ਚੰਗਾ ਇਤਨੋਂ ਚੰਗਾ ਚੰਗਾ ਲੈ
पक ले के आऊंगा पक तो बिना कि आ जा यार इथे ना 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 कल नू नी फक लेके आऊंगा मैं पटनी भी आए भतीजा भतीजे जब पै रहा यार इथे नाले ओ मंगी जांदा नाले मैं मंगी जांदा हुण की पता किनू देणगे फक तां लेके आऊंगा फिर मैं हां देख फोन कट गया मेरी गल सुन तैनूं गल दस्सा तां फिर बाद च गल करदा चंगा मैं बुरे पवाउन पाली भी आ गया इनू कहने पटाके दे आ जान देख लीजे भी फक ओ फक ता यार है वधिया हां पटाउन दा हल कर हुण मेरे सरू है मेनू सरू अच्छा यार होर हुण मैं ऐ कहना सी थोड़ी कहानी ओनू दे दिंदे पिछों तैनू पता लड़ाई पाऊगी तेरी भरजाई फिर लड़ाई ता पाऊगी बई हुण जे फेर मेरे कोले घट गई फिर इन्नी के पिछे मैं किधर तुरया फिरूं आ भी गल तेरी हुण एक जाने दा ता हल होवे एक जाने दा हल हो जू खर हां चल फिर देखदे आ पाली लेबर दा हल कर फिर इनू पटा यार ओ लेबर दा ता हल ही है लेबर ता फिरदी अपने कोले झोना लाउंदे बस इन्हां तो पटा लांगे आपां कोई चक्कर नहीं होर फिर कह नाले दा असीं टाइम नाल जावांगे हैना ठीक है ठीक है होर फिर तो गड्डी करा दी यार मैं कह देना कोई ये पट देणगे फक हुण पट देंदे आ 2 घंटे यार आपां फिर बोल ही मार ला यार इन्हां नू मार देना बोल होर कोई गल नहीं बी अगे झोना वधिया नहीं चलिया झोना बहुत वधिया लाया तुसीं बई फिर बई भतीजे तू यार माड़ा मोटा कहा कर चमड़ा रखी तू भी जमा मौके ते आया पहला पुआ नु फोन करके फिर आया पुआ ने मैनु दसे ही नहीं पुआ ने पुआ करो दस दी फिर मेरी गलती थोड़ी है यार हुण मैं शाही मुड़ जूंगा यार खाली मैनु तो अज पता लग गया जेपी ने फक लेके जानी है पर जो मैंने याद ही अज आया मैं चल तुसी बीज दे हुण मैनु फोन तां कर दिंदा वी बई मैं फक लेके जानी है ओ यार तेरा फोन यार लगे नहीं है मैं पुआ नु फोन ला लिया ताही चल कोई गल नहीं आ जा चल देख रहे हैं की कह दिया ने यार ना मेरी गल सुन भाई आ फक पट्टन आ रहे जैबी मेरे भरा ने फक लेके आनी सी सोनू पता नहीं उन्होंने हटाओ उठो ना तू मांगर भंजी आई है फक पट्टन तो मैं ला रखे रहो मुंडे ना मेनू तो मेरा भरा ले आया सब के फक पट्ट रोक बई फक ना मेरा भरा लेके जाऊ जा कर मू तू फक पट्ट बई
ਨਹੀਂ ਪਰ ਕਾ ਕਰ ਬੋਲੀ ਜਾਨੀ ਆ ਆਪੀ ਪਾਲੀ ਤੇ ਉਹ ਗੱਲ ਕਰ ਲੈਣਗੇ ਆਹੋ ਪਾਲੀ ਨੂੰ ਬੁਲਾ ਉਰੇ ਉਰੇ ਆਓ ਤੁਸੀਂ ਮੜਾ ਆ ਗੱਲ ਸੁਣੋ ਆ ਕੇ ਇਹ ਕਿਹੜਾ ਗੱਲ ਸੁਣਦਾਗਾ ਨਾ ਮੈਂ ਤੈਨੂੰ ਆਖਿਆ ਸੀ ਮੌਜਾਂ ਨਾਲ ਖੜਾ ਮੇਰੇ ਮੂੰਹ ਕਣੀ ਚਾਕੀ ਜਾਂਦਾ ਵੀ ਫੱਕ ਪੱਟ ਲਾ ਉਹ ਫੱਕ ਪੱਟਦਾ ਹੁਣ ਮੈਂ ਹੀ ਕਰਾਂ ਪਹਿਲਾਂ ਵਾਗੇ ਪਹਿਲਾਂ ਵਾਗੇ ਨਾਲੇ ਹੁਣ ਇੱਥੇ ਖੜ ਜਾ ਹੁਣ ਨਾ ਜਾ ਕੇ ਉਹ ਕਰੀ ਹੋਰ ਸਿਆਪਾ ਪਊਗਾ ਆ ਜਾਓ ਫੱਕ ਨਾ ਕੋਈ ਵੀ ਪੱਟਿਓ ਜੇ ਮੇਰਾ ਭਰਾ ਨਹੀਂ ਫੱਕ ਲੈ ਕੇ ਜਾ ਸਕਦਾ ਤਾਂ ਬੇਬੇ ਦਾ ਭਤੀਜਾ ਵੀ ਨਹੀਂ ਲਿਆ ਸਕਦਾ ਓ ਤੁਸੀਂ ਕਿਉਂ ਰੌਲਾ ਪਾਈ ਇਹਨੂੰ ਜਲੂਸ ਕੱਢੀ ਜਾਂਦੇ ਇੱਥੇ ਖੇਤ ਤੁਸੀਂ ਕੀ ਲੈਣਾ ਆਂਗੋ ਅਸੀਂ ਲੈਣਾ ਆ ਫਿਰ ਕਿਉਂ ਫੱਕ ਪੱਟਣ ਭੇਜਿਆ ਨੇ ਚੋਰੀਆਂ ਮੈਨੂੰ ਕਹਿਣਾ ਦੱਸ ਕੇ ਆਇਆ ਚੋਰੀ ਵਾਲੀ ਕੀ ਗੱਲ ਆ ਬਾਈ ਘਰੋਂ ਤਾਂ ਆਇਆ ਹੁਣ ਮੈਂ ਘਰੋਂ ਆਇਆ ਭਾਈ ਜੈਬੀ ਪਹਿਲਾਂ ਗੱਲ ਤਾਂ ਤੇਰਾ ਮਤਲਬ ਹੀ ਹੈ ਨਹੀਂ ਸੀਗੀ ਆ ਵੀਰਪਾਲ ਨੇ ਵੀ ਨਹੀਂ ਦੱਸਿਆ ਹੈਗਾ ਮੈਨੂੰ ਮੇਰੀ ਗੱਲ ਸੁਣ ਫਿਰ ਤੁਹਾਨੂੰ ਮੈਂ ਕਹੀ ਗਈਆਂ ਬਾਰ ਬਾਰ ਵੀ ਭਾਈ ਮੇਰਾ ਭਰਾ ਫੱਕ ਲੈਣ ਆ ਰਿਹਾ ਫਿਰ ਤੁਸੀਂ ਇਹਨੂੰ ਖਾਲੀ ਮੋੜੋਗੇ ਅੱਛਾ ਸਾਨੂੰ ਤਾਂ ਭਾਈ ਭੂਆ ਨੇ ਕਿਹਾ ਅਸੀਂ ਤਾਂ ਤਾਂ ਆਇਆ ਸਾਨੂੰ ਕੀ ਲੋੜ ਆ ਨਾਲੇ ਮੇਰੀ ਗੱਲ ਸੁਣ ਰਣਦੀਪ ਪਾਲੀ ਵੀਰ ਆਪੀ ਦੇ ਦੂਗਾ ਅਸੀਂ ਕਿਹੜਾ ਸਾਰੀ ਲੈ ਜਾਂਦੇ ਆਂਗੇ ਸਾਰੀ ਹੈ ਕਿੰਨੀ ਕਾ ਥੋੜੀ ਜਿਹੀ ਤਾਂ ਹੈਗੀ ਆ ਹਾਮੀ ਭਰੀ ਜਾਂਦੇ ਤਾਂ ਹਾਂ ਤੂੰ ਐਵੇਂ ਵਿੱਚ ਬੋਲੀ ਜਾਂਦੀ ਆ ਅੱਛਾ ਤੁਸੀਂ ਹਾਮੀ ਭਰ ਦਿਓ ਤੁਸੀਂ ਆਪਦੇ ਨਾਨਕਿਆਂ ਨੂੰ ਫੱਕ ਦੇਣੀ ਆ ਵੀ ਮੇਰੇ ਪੇਕਿਆਂ ਨੂੰ ਫੱਕ ਦੇਣੀ ਨਹੀਂ ਕੀ ਕਰੀਏ ਤੂੰ ਨਾ ਤਾਂ ਇਹਨੇ ਦੱਸਿਆ ਫੱਕ ਲੈਣ ਵੇਲੇ ਨਾ ਇਹਨੇ ਦੱਸਿਆ ਮੈਂ ਤਾਂ ਤੁਰਤ ਪਤਾ ਲੱਗਿਆ ਰੋ ਘਰੇ ਆ ਕੇ ਆਹੋ ਤੂੰ ਤਾਂ ਹਾਲੇ ਪੁੱਛੀ ਜਾ ਹਾਂ ਤਾਂ ਤੂੰ ਮੈਨੂੰ ਵੀ ਆਖੀ ਸੀ ਨਾ ਮੇਰੀ ਗੱਲ ਸੁਣ ਫੱਕ ਚੋਂ ਕੱਖ ਤਾਂ ਆ ਕਟਵਾ ਕੇ ਗਿਆ ਤੇ ਆਹ ਆਇਆ ਉਦੋਂ ਕੀ ਹੋਇਆ ਭਾਈ ਜੇ ਹੁਣ ਕੱਖ ਕਢਾ ਗਿਆ ਇੰਨਾ ਛੋਟੇ ਹੁੰਦੇ ਤੋਂ ਇਹੀ ਕੰਮ ਕਰਦਾ ਸੀਗਾ ਆਹੋ ਆਹੋ ਫਿਰ ਕਰਦਾ ਹੋਊਗਾ ਮੈਂ ਤਾਂ ਵੀਰੇ ਮੇਰੀ ਗੱਲ ਸੁਣ ਵੀ ਭਲਾ ਆਪਣੀ ਸੱਦ ਕੇ ਬੇਇੱਜ਼ਤੀ ਕਰਨ ਵਾਲਾ ਕੰਮ ਹੋ ਨਹੀਂ ਫਿਰ ਮੇਰੇ ਭਰਾ ਦੀ ਵੀ ਬੇਇੱਜ਼ਤੀ ਹੈ ਜੇ ਤੁਹਾਡੇ ਦੀ ਹੁਣ ਖੜੀ ਮੌਜਾਂ ਨਾਲ ਸੁਣੀ ਜਾਂਦੀ ਖੜੀ ਨਾ ਸੁਣੀ ਜਾਂਦੀ ਆ ਜਾ ਬੜ ਮੈਂ ਬਰਾਬਰ ਪੱਟੂਗੀ ਆ ਜਾ ਉੱਥੇ ਪੱਕ ਜਿਹਨੇ ਵੱਧ ਪੱਟ ਲਈ ਆਉਂਦੀ ਉਹੀ ਲੈ ਉਹੀ ਲੈ ਜੂਗਾ ਆ ਜਾ ਪੱਟੀ ਜਾਂਦੇ ਨੇ ਪੱਕ ਲਾ ਰੱਖੇ ਨੇ ਓਹੋ ਵੱਧ ਪੱਟਣ ਨੂੰ ਮੇਰੀ ਗੱਲ ਸੁਣ ਤੂੰ ਕਿਹੜਾ ਇੱਥੇ ਕਿੱਲਾ ਵਿੱਜੀ ਬੈਠੀ ਹੈਗੀ ਕਿੱਲਾ ਹੈਗਾ ਹੀ ਇਹ ਕਿੱਲਾ ਮੈਂ ਫੱਕ ਨਾ ਪੱਟੀ ਜਾਂਦੇ ਮੁੰਡੇ ਤੇ ਤੈਨੂੰ ਦੇਖ ਕੇ ਤੁਹਾਨੂੰ ਟਰਾਲੀ ਉੱਡੀ ਤੇ ਫਿਰ ਜੇ ਹੁਣ ਹੈ ਕਹਿੰਦੀ ਨੇ ਮੇਰੇ ਭਤੀਜੇ ਨੂੰ ਮੈਂ ਵੀ ਭਤੀਜੇ ਨਾਲ ਹੀ ਜਾਊਂਗੀ ਜਾ ਵਗ ਜਾ ਬਾਹਰ ਜਾ ਮੇਰੀ ਬੇਇੱਜ਼ਤੀ ਕਰਾਤੀ ਇੱਥੇ ਆ ਕੇ ਹੁਣ ਨਾ ਮੈਂ ਬੇਇੱਜ਼ਤੀ ਕੀ ਕਰਾਈ ਆ ਤੇਰੇ ਬਾਈ ਨੂੰ ਪੁੱਛ ਜਿਹਨੇ ਕਰਾਈ ਆ ਬੇਇੱਜ਼ਤੀ ਮੇਰੀ ਗੱਲ ਸੁਣ ਲਾ ਮਾੜੀ ਜੀ ਗੱਲ ਪਿੱਛੇ ਤਿੰਨ ਕਿੱਲੇ ਆ ਮੰਮੀ ਦੇ ਨਾਂ ਤੇ ਮੁੜ ਕੇ ਇਹਨੇ ਤੈਨੂੰ ਦੇਣੇ ਨਹੀਂ ਆ ਤਾਂ ਫਿਰ ਇਹਨਾਂ ਨੂੰ ਦੇ ਦੂਗੀ ਆਹੋ ਕੀ ਕਰੇਂਗੀ ਮੇਰੀ ਗੱਲ ਸੁਣੋ ਮੇਰੀ ਮੈਂ ਮੁੜ ਕੇ ਨਹੀਂ ਆਉਂਦਾ ਤੇਰੇ ਸਿੱਧੀ ਗੱਲ ਆ ਬਾਅਦ ਚ ਮੈਨੂੰ ਨਾ ਯਾਦ ਕਰ ਲਈ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਪਲੇਸ ਪਾਇਆ ਯਾਰ ਤੁਸੀਂ ਘਰੇ ਯਾਰ ਓ ਯਾਰ ਉਹ ਨਹੀਂ ਤਾਂ ਸਮਝਾ ਦੇ ਯਾਰ ਇਹਨੂੰ ਓਏ ਇਹਨੂੰ ਸਮਝਾਈ ਜਾਂਦਾ ਵੀ ਜੇ ਭਾਈ ਸਮਝਾਉਣ ਦਾ ਪੁਆੜੇ ਦੀ ਜੜ ਤਾਂ ਤੁਸੀਂ ਹੋ ਹੋਰ ਨਹੀਂ ਕੋਈ ਹੁਣ ਸਾਡੇ ਰਿਸ਼ਤੇਦਾਰੀ ਚ ਵਰਕ ਪਵਾਤਾ ਤੁਸੀਂ ਤੂੰ ਮੇਰੀ ਗੱਲ ਸੁਣ ਫਿਰ 3 ਕਿੱਲੇ ਖਜਾਉਣੇ ਆ ਹੁਣ ਜਾਣ ਦੇ ਮੈਨੂੰ ਕੋਈ 3 ਕਿੱਲਿਆਂ ਦੀ ਪਰਵਾਹ ਨਹੀਂ ਜਿਹੜੀ ਮੇਰੀ ਚਾਚੇ ਦੇ ਵਿੱਚ ਬੇਇੱਜ਼ਤੀ ਹੋਊਗਾ ਉਹ ਕੌਣ ਸਮਝੂ ਮੇਰੇ ਨਾਲ ਚੱਲ ਚੱਲੂਗੀ ਚੱਲ ਚੱਲੀਏ ਦੇ ਦੇ 3 ਕਿੱਲੇ ਅੱਛਾ 3 ਕਿੱਲੇ ਖਾਤਰ ਇਹਦੇ ਮੈਂ ਪੈਰੀ ਹੱਥ ਲਾਵਾਂ ਹੈ ਹਰੀਕਾਨ ਫਿਰ ਮੇਰੀ ਗੱਲ ਸੁਣ ਉਦੋਂ ਤਾਂ ਫਿਰ ਆਪਦਾ ਭਤੀਜਾ ਸੱਦਿਆ ਨਾ ਇਹਨੇ 3 ਕਿੱਲੇ ਵਾਲੀ ਨੇ ਤੇ ਮੇਰਾ ਭਰਾ ਸਾਰੀ ਫੱਕ ਪਲਾ ਕੇ ਗਿਆ ਤੇ ਹੁਣ ਫਿਰ ਇਹ ਉਹ ਕਰਦਾਗਾ ਜਦੋਂ ਨਹੀਂ ਦੇ ਸਕਦੇ ਹਾਂ ਬਥੇਰੇ ਮੇਰੇ ਭਤੀਜੇ ਕੰਮ ਕਰ ਕਰਕੇ ਗਏ ਨੇ ਹੁਣ ਨਹੀਂ ਤੇਰੇ ਯਾਦ ਗੱਲ ਕਰ ਉਹ ਕੋਈ ਨਹੀਂ ਕੋਈ ਨਹੀਂ ਚੱਲ ਯਾਰ ਬਾੜੀਆਂ ਗੱਲਾਂ ਮਾਰਨ ਦੀ ਲੋੜ ਨਹੀਂ ਹੈਗੇ ਚੱਲ ਪੂ ਆਪਾਂ ਫੱਕ ਪਟਾਈਏ ਚਲੋ ਚੱਲ ਆਪਾਂ ਚੱਲ ਬਟਾ ਆਓ ਲੈ ਟਰਾਲੀ ਕੰਨ ਚੱਲਿਆ ਤੜਕੇ ਲੈ ਜਾਾਂਗੇ ਆਪਾਂ ਉਹ ਜਾਣਗੇ ਜਾਣਦੇ ਮੈਨੂੰ ਕੋਈ ਪਰਵਾਹ ਨਹੀਂ ਚੱਲ ਭਾਈ ਮੈਂ ਵੀ ਤੇਰੇ ਨਾਲ ਹੀ ਚੱਲਦੀ ਆ ਇਹਨੂੰ ਕੱਲੇ ਆਪਦੇ ਨਾਨਕੇ ਨਾਲ ਹੀ ਵਰਤਣ ਦੇ ਲੈ ਮੈਂ ਤਾਂ ਪਚਾਲੇ ਫਸ ਗਿਆ ਯਾਰ ਨਹੀਂ ਤਾਂ 3 ਕਿੱਲੇ ਖ ਜਾਊਗੀ ਚੱਲ ਇਹਨੂੰ ਘਰੇ ਜਾ ਕੇ ਦੇਖਦਾ ਘਰੇ ਜਾ ਕੇ ਦੱਸੂ ਇਹਨੂੰ ਬਸ 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 ਬੇਇੱਜ਼ਤੀ ਕਰਾ ਕੇ ਰੱਖਤੀ ਤੂੰ ਤਾਂ ਮੇਰੀ ਲੈ ਬਾਈ ਮੈਂ ਤੇਰੀ ਹੁਣ ਕੀ ਬੇਇੱਜ਼ਤੀ ਕਰਾਤੀ ਉਹੀ ਗੱਲ ਬਈ ਹੁਣ ਚਾਹ ਪਾਣੀ ਤਾਂ ਪੀ ਜਾ ਚਾਹ ਪਾਣੀ ਦਾ ਪਿਆਤਾ ਬਸ ਬਥੇਰੀ ਕਰਾਤੀ ਹੁਣ ਮੈਂ ਫੱਕ ਲਈ ਕਰਾਂ ਕਿਤੇ ਮੈਨੂੰ ਮਿਲਣੀ ਨਹੀਂ ਤੂੰ ਲੈ ਬਈ ਫੱਕ ਤਾਂ ਹੁਣ ਤੈਨੂੰ ਮਿਲੂਗੀ ਮੈਂ ਕਹੀ ਬਸ ਹੁਣ ਆਉਂਦਾ ਬਸ ਹੁਣ ਆਉਂਦਾ ਉਹਨਾਂ ਨੂੰ ਯਾਦ ਕਰ ਲਈ ਮੇਰੇ ਘਰੇ ਨਾ ਹੀ ਬਸ ਲੈ ਉਹੀ ਗੱਲ ਇਹਨਾਂ ਨੇ ਤਾਂ ਉਹੀ ਕੰਮ ਬਾਈ ਰੁਕ ਜਾ ਬਸ ਬਸ ਜਾ ਰੁਕ ਜਾ ਬਾਈ ਰੁਕ ਜਾ ਮੈਂ ਨਹੀਂ ਰੁਕਦਾ ਹਾਏ ਬੇ ਰੱਬਾ ਕੀ ਕਰਾਂ ਉਹੀ ਕੰਮ ਕਰਾ ਕੇ ਧਰਤਾ ਆਪਦੇ ਪੇਕਿਆਂ ਨਾਲ ਵਰਤਦੀ ਰਹਿ ਗਈ ਲੈ ਮੇਰੇ ਨਾਲੋਂ ਤੋੜਤੀ ਹੁਣ ਘਰੇ ਜਾ ਕੇ ਮੇਰੀ ਭਰਜਾਈ ਆਖੂਗੀ ਵੀ ਲਿਆਇਆ ਭੈਣ ਤੋਂ ਫੱਕ ਤੇ 10 ਦਿਨ ਉਹਨਾਂ ਨਾਲ ਕੰਮ ਕਰਾ ਕੇ ਆਇਆ ਸੀ ਵੀ ਤੇਰੇ ਤਾਂ ਵੀ ਨਹੀਂ ਪੱਲੇ ਪਾਇਆ ਕੁਛ ਉਹਨਾਂ ਨੇ ਮੂੰਹ ਮੈਂ ਹੁਣ ਕੀ ਜਵਾਬ ਦੇਊ ਮੈਂ ਤਾਂ ਤੋੜਤੀ ਪੇਕਿਆਂ ਨਾਲ ਉਹੀ ਗੱਲ ਇਹ ਸਾਡੀ ਬੁੜੀ ਤੇ ਉਹ ਆਪ ਤਾਂ ਇਹੀ ਚਾਹੁੰਦੇ ਸੀ ਵੀ ਆਪਦੇ ਪੇਕਿਆਂ ਨਾਲ ਟੁੱਟ ਜੇ ਵੀ ਅਸੀਂ ਉਧਰ ਵਰਤੀਏ ਨਾਲੇ ਦਿਨ ਰਾਤ ਮੱਚਦੇ ਸੀ ਵੀ ਇਹ ਕਿਉਂ ਆਉਂਦੇ ਨੇ ਹੁਣ ਤਾਂ ਬਥੇਰਾ ਠੰਡੇ ਸੀਲੇ ਹੋ ਜਾਣਗੇ ਨਾ ਨਾਲੇ ਇਹਦੇ ਭਤੀਜੇ ਨੂੰ ਹੋਰ ਕਿਤੋਂ ਫੱਕ ਨਹੀਂ ਮਿਲਦੀ ਇਹੀ ਕਰਕੇ ਆਇਆ ਸੀਗਾ ਸਾਡੇ ਘਰੇ ਕਲੇਸ਼ ਪਾਉਣ ਨੂੰ ਤੀਜੇ ਦਿਨ
कोई ना मैं करू गल इन्ह न। चल कड वे मुंडे मोटरसाइकिल चल चल बुआ ए फेरी लोट आउणगे ओना चिर हे कानू सुधरदे ने। हां हो यार बुआ नु पता लगे नु आ दी यार नहीं लैन दे पुआ मेरा भरा रसा दे। हां हो उनके मैं पेटे ना नी बर्तन बर्तन में ना अस तो भाई लेके जावांगे पुआ रे तू थोड़ी करिए यार तू ठंडी सी नहीं हो जा। नहीं मेरी गल सुन तू आदे पेके तो फक नहीं लेके दे सकदे इथे पटने पुआ ने नाल आइयां चढ़ के। नहीं एदा की कसूर है नु बेचारी नु को बोली जांदी है भाई। हां मेरा की कसूर है आप दी दी ता मैं हाथ आ गई देख ला हुना। बेचारी नु तो पाई जांदे हरेक गल ते मैं देखी इन्हां तड़के दा हरेक गल ते पुठा बोलदे तुसी उहनूं यार पुठा की बोलिया बेबे तू ना जा मन जा मेरी गल देख ला चुप करांगा तू क्यों छड के जानी आपदा घर तां जाण नूं तां मेरा वी नहीं जी करदा तड़के दी लगी मंग पई है मेरे गुड्डी लेके। ਚੱਲ ਬਹਿ ਜਾ ਤੁਸੀਂ ਕੋਈ ਨਾ ਚੱਲ ਕੋਈ ਨਾ ਤੁਸੀਂ ਐਂ ਕਰੋ ਗਾਹਾਂ ਮੋਟਰਸਾਈਕਲ ਕਰ ਲਓ ਇੱਥੇ ਗੁੱਡੀ ਲੈ ਕੇ ਕੀ ਨਾਲੇ ਤਾਂ ਉਤਲੇ ਪੱਲੇ ਰਹਿੰਦੀ ਐ ਨਾਲੇ ਫੱਕ ਲੈ ਕੇ ਨਾਲੇ ਬੇਬੇ ਨੂੰ ਲੈ ਕੇ ਇਹ ਤਾਂ ਬਾਈ ਬਾਲੇ ਸ਼ੈਤਾਨ ਨੇ ਤੈਨੂੰ ਕਿਵੇਂ ਦਿੰਦੇ ਨੇ ਮੰਨ ਜਾ ਕਹਦੇ ਪਰੇ ਰੱਖ ਲੈ ਬੇਬੇ ਨੂੰ ਨਹੀਂ ਬੇਬੇ ਨਾਲ ਜਾਊ ਉਹਨਾਂ ਨੇ ਮੈਂ ਰੱਖਦੀ ਜਾਣ ਦੇ ਜਿਵੇਂ ਮੇਰੇ ਭਰਾ ਨੂੰ ਕੱਢਿਆ ਜੀ ਨਿਕਲਣ ਦੇ ਜਾਣ ਦੇ ਮੈਂ ਨਹੀਂ ਕਿਸੇ ਨੂੰ ਰੱਖ ਦੀਏਗੀ। ਚੱਲ ਭਾਈ ਲੈ ਜਾ ਠੀਕ ਆ ਤੂੰ ਬੈਠ ਯਾਰ ਚਲੋ ਤੇ ਬੈਠ ਮੈਂ ਤੂੰ ਤਾਂ ਇੱਕ ਵਾਰੀ ਬੋਲਿਆ ਜਾਣ ਦੇ ਚੱਲ ਅੰਦਰ ਤੂੰ ਵੀ ਓਏ ਦੇਖ आ जा हुण की देखदी उहनां नूं तूं तैनूं दीना नहीं सी ना तू मेरा किवें मार ना थारे ते बेबे भजाती करो तैनूं इन्नी अकल नहीं मैं तां भजाऊंगी ना जाऊंगी ना ए होर मेरे ठक्क नूं लैण आवण दे मैं जे मुन्न भग जा सत श्री अकाल दोस्तों हुणे हुणे तुसीं साडी वीडियो देख के आए हो वीडियो तुहानूं किवें लगी कमेंट करके जरूर दस्सिओ। हां जी हुण असीं साडी पहला वाली वीडियो ते कमेंट्स दे नाम बोलण जा रहे हां। सतनाम सिंह बॉबी राजा होंगकोंग तो रोबनप्रीत सिंह गुरुदेवदास पिंड मैली जिला हुशियारपुर दुआबा एच धारीवाल बलवीर कौर फ्रॉम यूके तरनप्रीत सिंह असीफ परवेज फ्रॉम पाकिस्तान पाल सिंह खैरा चूसलेवड़वाला गनूर बराड़ बराड़ गनूर पिंड कोठीलाल सिंह वाला तो जी रीतिका वर्मा लक्षित वर्मा एलनाबाद तो अनीता संदल ईत सिंह अमर सिंह फ्रॉम पटियाला अशमीत सिंह मनजीत सिंह औलख वाले किरणप्रीत मन्नत म्यूजिक गुरमीत सिंह सुरजीत सिंह बेदी खुशी खुशी जरड जेतर गग्गू सिद्धू सिद्धू समर बराड़ जगविंदर सिंह सिमरन ढिल्लो नवदीप सिंह जीरावाला प्रीतम कौर अयेशा सिद्धू बलबीर सिंह मनप्रीत सिंह जसमेल कौर कुलविंदर कौर शेरगिल अर्शदीप सिंह हाँ जी प्रदीप सिंह नमदार। हाँ जी ये सानू साडी पहला वाली वीडियो ते कमेंट्स दे नाम ने अगे तो तुसी भी सानू वधिया वधिया कमेंट्स करया करो तां असीं अगलियां वीडियो विच तुहाडे भी नाम बोले जरूर बोलांगे। जिन्हां दे नाम इस वीडियो विच बोलण वाले रह गए उन्हां दे नाम असीं अगली वीडियो विच जरूर बोलांगे। धन्यवाद।